ਹਿੰਦੁਸਤਾਨ ਵਾਲੇ ਭਰੂਆ ਤੇ ਉਹ ਵੀ ਵੇਖ ਦੇਣ। ਪਾਣੀ ਥੱਲੇ ਵਾਲਾ ਇੰਨਾ ਉੱਚਾ ਜ਼ਮੀਨ ਚ ਉਹਨਾਂ ਖੁਦ ਹੀ ਬਾਹਰ ਨਿਕਲਦਾ ਰਹਿੰਦਾ। ਅਸਲਾਮ ਵਾਲੇਕੁਮ, ਵੈਲਕਮ ਬੈਕ ਇੱਕ ਨਵੇਂ ਅਤੇ ਬਿਹਤਰੀਨ ਵਲੋਗ ਦੇ ਨਾਲ ਹੋ ਗਿਆ ਜੀ ਹਾਜ਼ਰ। ਜਿਸ ਤਰ੍ਹਾਂ ਕਿ ਕੱਲ੍ਹ ਦੇ ਵਲੋਗ ਦੇ ਵਿੱਚ ਤੁਹਾਨੂੰ ਦੱਸਿਆ ਸੀ, ਅਸੀਂ ਕਿੱਥੇ ਜਾ ਰਹੇ ਹਾਂ ਅਤੇ ਪਹੁੰਚ ਗਏ ਹਾਂ ਭਾਈ ਜ਼ੈਰ ਰਹਿਮਾਨ ਕੋਲ, ਨੰਬਰਦਾਰ ਅਤੇ ਲਿਆਕਤ ਸਾਹਿਬ ਕੋਲ। ਠੀਕ ਹੈ, ਲਿਆਕਤ ਸਾਹਿਬ ਨੇ ਅੱਜ ਜਿਹੜਾ ਸਾਨੂੰ ਲੈ ਕੇ ਜਾਣਾ ਜਿਹੜੇ ਮੇਲੇ 'ਤੇ, ਉਹ ਇਹਦੀ ਜ਼ਬਾਨੀ ਸੁਣਨੇ ਆ ਕਿ ਕੀ ਕਹਿੰਦਾ ਅਤੇ ਕਿੰਝ ਦਾ ਮੇਲਾ, ਕੀ ਹਿਸਾਬ ਕਿਤਾਬ ਹੈ। ਲਿਆਕਤ ਸਾਹਿਬ ਦੱਸੋ ਅਤੇ ਫਿਰ ਆਪਾਂ ਅੱਲਾਹ ਦੇ ਹੁਕਮ ਦੇ ਨਾਲ ਇੱਥੋਂ ਹੋਈਏ ਰਵਾਨਾ ਮੇਲੇ ਦੀ ਤਰਫ। ਕਿਹੋ ਜਿਹਾ ਮੇਲਾ ਹੈ, ਕੀ ਹਿਸਾਬ ਕਿਤਾਬ ਹੈ, ਥੋੜ੍ਹਾ ਜਿਹਾ ਆਡੀਅੰਸ ਨੂੰ ਦੱਸ ਦਿਓ, ਫਿਰ ਉੱਥੇ ਜਾ ਕੇ ਸਾਰਾ ਮੇਲੇ ਦਾ ਵਿਊ ਦਿਖਾਉਣਾ। ਬਾਰਡਰ ਦੇ ਉੱਤੇ ਕਿਵੇਂ, ਕੀ ਮਾਮਲਾਤ ਨੇ, ਦੱਸੋ ਜ਼ਰਾ। ਮਾਸ਼ਾਅੱਲਾ ਜੀ, ਪੁਰਾਣੇ ਵਾਪਸ ਫਿਰ ਆ ਗਏ ਹਨ। ਹਾਂਜੀ, ਬੜੇ ਪਿਆਰ ਮੁਹੱਬਤ ਨਾਲ ਅਸੀਂ ਜੀ ਇਹਨਾਂ ਨੂੰ ਮੇਲਾ ਦਿਖਾਉਣ ਚੱਲੇ ਹਾਂ। ਬਿਲਕੁਲ ਜ਼ੀਰੋ ਲਾਈਨ ਦੇ ਨਾਲ ਹੈ, ਜਾਂਗਲੀ ਲੋਕ ਉੱਥੇ ਬੜੇ ਤਰ੍ਹਾਂ ਤਰ੍ਹਾਂ ਦੇ ਚੀਜ਼ਾਂ ਲਿਆ ਤੇ ਵੰਡਦੇ ਹਨ। ਅੱਛਾ, ਹਿੰਦੁਸਤਾਨ ਵਾਲੇ ਭਰੂਆ ਤੇ ਉਹ ਵੀ ਵੇਖਦੇ ਹਨ। ਸਾਦਾ ਮੇਲਾ, ਗਾਓ ਦਾ ਮੇਲਾ, ਸ਼ਹਿਰੀ ਮੇਲੇ ਤੁਸੀਂ ਬੜੇ ਵੇਖੇ ਹੋ, ਇਨਸ਼ਾਅੱਲਾ ਅੱਜ ਤੁਹਾਨੂੰ ਵਿਖਾਣੇ ਆ ਜੀ। ਚਲੋ ਜੀ, ਟੁਰੋ ਅੱਲਾ ਦੇ ਹੁਕਮ ਨਾਲ। ਬਾਕੀ ਪਿੱਛੇ ਥੋੜ੍ਹਾ ਜਿਹਾ ਵਿਊ ਦਿਖਾ ਦਿੰਦੇ ਹਾਂ ਜੀ, ਬਹੁਤ ਪਿਆਰਾ ਜਿਹੜਾ ਨਾ ਉਹ ਵਿਊ ਆ ਰਿਹਾ। ਨਹਿਰਾਂ ਹੀ ਨਹਿਰਾਂ ਇੱਥੇ, ਵਾਹ ਵਾਹ, ਫੋਰਟ ਹੈ ਇਸ ਵੱਡੀ ਨਹਿਰ ਨੂੰ। ਅਤੇ ਇਹ ਜਿਹੜਾ ਨਾ ਪਿੱਛੋਂ ਤਾਂ ਪਾਣੀ ਕੋਈ ਨਹੀਂ ਉਹਦੇ ਵਿੱਚ ਆ ਰਿਹਾ, ਕਿਉਂਕਿ ਉਹ ਵਿੱਚ ਸੁੱਕੀ ਪਈ ਹੈ। ਠੀਕ ਹੈ, ਇਹਨੂੰ ਇਹ ਸਾਦਗੀ ਦੇ ਵਿੱਚੋਂ ਨਹਿਰ ਆ ਕੇ ਇਹਨੂੰ ਪਾਣੀ ਜਿਹੜਾ ਦਿੰਦੀ, ਇਸ ਤੋਂ ਅੱਗੇ ਬਾਰਾਂ ਮਾਸੀ ਹੋ ਜਾਂਦੀ ਹੈ। ਉਹਦੇ ਵਿੱਚ ਜਾਂਦਿਆਂ ਹੋਇਆ ਨਾ ਸਾਡੀ ਨਜ਼ਰ ਪਈ ਹੈ ਕਿ ਯਾਰ ਸੜਕ ਦੇ ਉੱਤੇ ਹੀ ਬਾਬਾ ਜੀ ਨਾ, ਪੁਰਾਣਾ ਜਿਹੜਾ ਦੌਰ ਹੁੰਦਾ ਸੀ ਨਾ ਪਹਿਲੇ ਵਕਤਾਂ 'ਚ, ਇਸ ਤਰ੍ਹਾਂ ਕੰਮ ਹੁੰਦੇ ਸੀ ਜਦੋਂ ਆੜੀ ਆ ਜਾਂਦੀ ਸੀ ਕਰੀਬ, ਅਤੇ ਉਦੋਂ ਫਿਰ ਇਹ ਭੱਠੀਆਂ ਦੇ ਵਿੱਚ ਅੱਗ ਬਾਲ ਅਤੇ ਦਾਤਰੀਆਂ ਰੱਖ ਕੇ ਨਜ਼ਰ ਆ ਰਿਹਾ ਹੋਣਾ। ਅਤੇ ਇੱਧਰੋਂ ਜਿਹੜਾ ਨਾ ਇਹਨੂੰ ਗੇੜਿਆਂ ਹਵਾ ਵੱਜਦੀ ਨਾ, ਹਾਂ ਅੱਗ ਬਲਦੀ ਸੀ, ਅਤੇ ਕਿਉਂਕਿ ਕਣਕਾਂ ਨਜ਼ਦੀਕ ਆ ਜਾਂਦੀਆਂ ਸੀ ਆੜੀ ਵੱਢਣ ਲਈ, ਜਿਹੜਾ ਦਾਤਰੀਆਂ ਛਾਤਰੀਆਂ ਲਾ ਕੇ। ਬਾਬਾ ਕਹਿੰਦਾ ਪਿਆ ਸਾਡੀ ਝੁੱਪੜੀ ਨਾ ਪਟਾ ਦੇਵੇ ਕਿਧਰੇ। ਨਹੀਂ ਨਹੀਂ, ਤਿਆਰ ਕਰ ਰਿਹਾ ਕੱਪੜੇ ਧੋਣ ਵਾਲਾ। ਅੱਛਾ, ਕੱਪੜੇ ਧੋਣ ਵਾਲਾ, ਵਾਹ ਜੀ ਵਾਹ। ਅੱਛਾ ਵੇਖੋ ਜੀ, ਇਹ ਕੜਵੰਜੀ ਇਹਨੂੰ ਸੱਦਦੇ ਨੇ ਜੀ, ਘੜੇ ਉੱਤੇ ਰੱਖਣੇ, ਘੜੇ, ਹਾਂ ਘੜੇ ਚਟੂਰੇ, ਸਿੱਧਾ ਕਰ ਦੇ ਉੱਤੇ ਘੜੇ ਰੱਖ ਦੇ ਨੇ। ਵਾਹ ਜੀ ਵਾਹ, ਇਹ ਨਿਜ਼ਾਮ ਹੈ ਜੀ ਸਾਰਾ, ਝੌਂਪੜੀ ਜਿਹੜੀ ਉਹ ਵੀ ਵੇਖੋ ਜੀ। ਉਹ ਜੀ ਰਸਤੇ ਦੇ ਵਿੱਚ ਜਾਂਦੇ ਹੋਇਆ ਨਾ, ਇਹ ਜਿਹੜਾ ਇਲਾਕਾ ਹੈ ਨਾ, ਇਹ ਸੇਮ ਦਾ ਇਲਾਕਾ ਹੈ। ਸੇਮ ਤੋਂ ਮੁਰਾਦ ਇਹ ਕਿ ਪਾਣੀ ਥੱਲੇ ਵਾਲਾ ਇੰਨਾ ਉੱਚਾ ਜ਼ਮੀਨ 'ਚ ਉਹਨਾਂ ਖੁਦ ਹੀ ਬਾਹਰ ਨਿਕਲਦਾ ਰਹਿੰਦਾ। ਹੁਣ ਤਾਂ ਬਹੁਤ ਥੋੜ੍ਹਾ, ਜਦੋਂ ਬਾਰਿਸ਼ ਆ ਜਾਂਦੀ ਇੱਥੇ ਸਾਰੇ ਪਾਣੀ ਪਾਣੀ ਹੋ ਜਾਂਦਾ, ਸੁੱਕਦਾ ਹੀ ਨਹੀਂ ਗਰਮੀ ਦੇ ਵਿੱਚ ਵੀ। ਹੁਣ ਆ ਤੁਹਾਨੂੰ ਥੋੜ੍ਹਾ ਜਿਹਾ ਵਿਖਾ ਰਹੇ ਹਾਂ, ਇਹ ਵੇਖੋ ਇਹ ਜ਼ਮੀਨ ਦੇ ਵਿੱਚੋਂ ਜਿਹੜਾ ਨਾ ਇਹ ਪਾਣੀ ਜਿਹੜਾ ਨਿਕਲੀ ਜਾਂਦਾ।
ਜ਼ਮੀਨ ਦੇ ਉੱਤੋਂ ਇੱਧਰ ਛੋਟੇ ਛੋਟੇ ਨਾਲੇ ਬਣੇ ਨੇ। ਇਹ ਇੱਕ ਜਾ ਰਿਹਾ, ਇੱਕ ਆ ਪਿੱਛੇ ਵਿਖਾ ਯਾਰ, ਇਹ ਇਹ ਵੇਖੋ ਜੀ, ਇੱਕ ਇਹ ਨਾਲਾ ਫਿਰ ਸੜਕ ਦੇ ਇੱਕੋ ਦੂਸਰੇ ਸਾਈਡ 'ਤੇ ਵੀ ਹੈਗਾ, ਇੱਥੋਂ ਲਾ ਦੇ ਬਸ ਉਹ ਉੱਧਰ ਕਟਾਈ 'ਤੇ ਇਹ ਜਿਹੜਾ ਨਾ ਆ ਰਿਹਾ ਪਾਣੀ ਦੇ ਖਾਲੇ ਬਣੇ ਹੋਏ ਨੇ। ਇਹ ਜ਼ਮੀਨ ਸਾਰੀ ਸੇਮ ਵਾਲੀ ਜ਼ਮੀਨ ਹੈਗੀ ਹੈ। ਇਹ ਵੇਖੋ ਜੀ ਕਿੰਨਾ ਸਾਫ਼ ਸੁਥਰਾ ਪਾਣੀ ਥੱਲੋਂ ਜ਼ਮੀਨ ਦੇ ਵਿੱਚੋਂ ਨਿਕਲ ਕੇ ਖਾਲਿਆਂ ਦੇ ਵਿੱਚ ਜਾ ਰਿਹਾ। ਬਾਰਡਰ ਦਾ ਇਲਾਕਾ ਨਜ਼ਦੀਕ, ਇੱਥੋਂ ਬਾਰਡਰ ਹੈ। ਇੱਧਰ ਵੇਖੋ ਜੀ, ਇੱਧਰ ਨਲਕੇ ਕਿਹੋ ਜਿਹੇ ਨੇੜੇ ਲਏ ਆ ਖਾਈ ਸਾਹਿਬ, ਨਲਕਾ ਵੇਖ ਲਓ ਜੀ, ਇਹਦੇ 'ਤੇ ਧੋਣੇ ਆ ਮੂੰਹ ਛੋਂ, ਖੋਜਾ 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 ਖੋਜਾ, ਪਾਣੀ ਵੇਖ ਕਿੰਨਾ ਖਾਈ ਸਾਹਿਬ ਇੱਧਰ ਹੈ, ਬੜਾ ਪਾਣੀ ਦਿੰਦਾ ਜਸ ਪ੍ਰੋਗਰਾਮ, ਖੋਜਾ ਖੋਜਾ ਮੈਂ ਥੋੜ੍ਹਾ। ਕਿੰਨੀ ਦੇਰ 'ਚ ਲਾ ਕੇ ਜਾਂਦਾ ਰਹਿੰਦਾ ਲਾਵਣ ਵਾਲਾ? ਘੰਟੇ ਦੋ ਦੇ ਵਿੱਚ ਜੀ ਇਹ ਨਲਕਾ ਲਾ ਕੇ ਅਗਲਾ ਫੁਰਰ ਹੋ ਜਾਂਦਾ। ਇਹ ਇੰਨੀ ਕੁ ਬਸ ਮਸ਼ੀਨ ਇੱਥੋਂ ਲੈ ਕੇ ਇੰਨੀ ਕੁ ਹੈ ਨਾ, 30 ਫੁੱਟ ਸਾਰਾ ਡੁੱਬਦਾ ਜੀ ਇੱਥੇ। ਅੱਛਾ 30 ਫੁੱਟ, ਵਾਹ। ਇੱਕ ਸੋਫਾ ਇੱਥੋਂ ਦਾ ਆ ਜੀ, ਵੇਖੋ ਪੱਖਾ ਬਿਲਕੁਲ ਉੱਤੇ ਹੀ ਰੱਖਿਆ ਹੋਇਆ ਅਤੇ ਪਾਣੀ ਪੀਟਰ ਵੇਖ ਕਿੰਨਾ ਦੇ ਰਿਹਾ, ਇੰਜ ਹੀ ਪੀਟਰ ਚੱਲ ਰਿਹਾ ਜਿਵੇਂ ਪੱਠੇ ਨਹੀਂ ਕੁਤਰੀ ਦੇ ਆਸਤਾ ਆਸਤਾ, ਅਤੇ ਮਾਸ਼ਾਅੱਲਾ ਪਾਣੀ ਵੇਖੋ ਕਿੰਨਾ। ਇੱਧਰ ਪਾਣੀ ਦੀ ਕਾਫੀ ਸਹੂਲਤ, ਲੇਕਿਨ ਇੱਕ ਥੋੜ੍ਹਾ ਜਿਹਾ ਮਸਲਾ ਹੈ ਕਿ ਪਾਣੀ ਥੋੜ੍ਹਾ ਜਿਹਾ ਖਾਰਾ ਹੈ, ਨਮਕੀਨ ਜਿਹਾ ਅਤੇ ਕੌੜਾ ਜਿਹਾ। ਬਾਕੀ ਉਂਝ ਜਿਹੜਾ ਹੈ ਨਾ ਬਿਹਤਰੀਨ ਅਤੇ ਬੜਾ VIP ਕਾਮਿਆਂ ਸਾਹਮਣੇ ਚੱਲ ਰਿਹਾ। ਆਵਾਮ ਦੇ ਕੰਮ ਚੈੱਕ ਕਰੋ ਜੀ, ਆਵਾਮ ਟਰਾਲੀਆਂ ਪ੍ਰੀ ਅਤੇ ਧੂੜਾਂ ਵੇਖੋ ਕਿਵੇਂ ਪਟੀਚੀ ਜਾਂਦੀਆਂ, ਟਰਾਲੀਆਂ ਦੀਆਂ ਟਰਾਲੀਆਂ ਜਿਹੜੀਆਂ ਨੇ ਮੇਲੇ 'ਤੇ ਆ ਰਹੀਆਂ ਨੇ। ਮੇਲੇ ਦਾ ਇੱਥੋਂ ਥੋੜ੍ਹਾ ਜਿਹਾ ਐਵੇਂ ਸਫ਼ਰ ਰਹਿ ਗਿਆ, ਪਹੁੰਚਣੇ ਉੱਥੇ ਨਜ਼ਾਰੇ ਤੁਹਾਨੂੰ ਵੀ ਜਿਹੜਾ ਨਾ ਪੂਰੇ ਵਿਖਾ ਰਿਹਾ। ਵੇਖੋ ਜੀ ਕੱਚੇ ਰਾਹ 'ਤੇ ਕੱਟੀਓ ਕੱਟੀ ਦੇ ਮੂੰਹ 'ਤੇ ਟਰਾਲੀਆਂ ਹੋਈਆਂ ਪਈਆਂ ਆਵਾਮ ਨਾਲ। ਕਿੰਨੇ ਪੈਸੇ ਇੱਥੇ ਲੈਂਦੇ ਪਏ ਨੇ? ਮੋਟਰਸਾਈਕਲ ਲਾ ਦਿੱਤੇ ਨੇ, ਮੈਂ ਕਿਹਾ ਟੋਰ ਫਿਰ ਕੇ ਜਿਹੜਾ ਨਾ ਮੇਲਾ ਕੀ ਆ, ਮੇਲਾ ਕੀ ਆਨੇ ਲਿਆ ਕੇ VIP ਹੋਵੇਗਾ ਜੀ, ਮੇਲਾ ਟੋਰ ਫਿਰ ਕੇ ਵੇਖੋ VIP ਦਾ ਕੀ ਮਤਲਬ ਹੁੰਦਾ, ਕਿਧਰੋਂ ਪੱਕਾ ਪੱਕਾ ਹੈ ਜੀ, ਛੜੀਆਂ ਕੋਲ ਲੱਗਦਾ ਟਰਾਲੀ ਕੋਲ ਨਹੀਂ ਸਿੱਧੇ। ਆਓ ਐਂ ਸਹੀ ਹੈ, ਚਾਚੇ ਦੀ ਗੱਲ ਹੈ, ਤੂੰ ਇੱਧਰ ਤਾਂ ਮਿਟੇ ਖਲਣ ਜੀ, ਕਬੱਡੀ ਸ਼ੁਰੂ ਹੋ ਰਹੀ ਹੈ। ਅੱਛਾ ਉਹਨੂੰ ਵੀ ਨਿਬੜ ਲੈਣ, ਹਾਂ ਚਲੋ ਉਧਰ ਉਧਰ ਤਾਂ ਮਿਟੇ ਹੀ ਬੜਾ ਹੈ, ਨਹੀਂ ਨਹੀਂ ਮਿੱਟੀ ਕਿੱਥੇ ਹੈਗੀ ਕੋਣੀ ਜੀ, ਚਲੋ ਦੇ ਕਰੀਬ ਆ ਗਿਆ ਤੇ ਹੋ ਗਿਆ, ਕੱਟੀਓ ਕੱਟੀ ਮਿੱਟੀਓ ਮਿੱਟੀ, ਧੋ ਲਓ ਧੋਣੇ ਤਿਆਰ ਇੱਥੇ ਪੈਰ ਪੂਰ। ਪਹੁੰਚੇ ਆ ਬਾਬੇ ਦੇ ਦਰਬਾਰ ਦੇ ਬਿਲਕੁਲ ਕਰੀਬ, ਤੇ ਇੱਥੋਂ ਦੀ ਇੱਧਰ ਸੂਰਤ ਹਾਲ ਵੇਖ ਲਓ, ਉੱਥੇ ਵੀ ਤੁਹਾਨੂੰ ਜਾ ਕੇ ਕੋਲ ਕੋਲ ਦਿਖਾਉਂਦੇ ਹਾਂ। ਆਵਾਮ ਜਿਹੜੀ ਹੈ ਟਰੈਕਟਰਾਂ ਟਰਾਲੀਆਂ ਦੇ ਉੱਤੇ ਮੌਜੂਦ ਆਈ ਹੋਈ ਹੈ, ਅਤੇ ਟਰੈਕਟਰ ਹੀ ਟਰੈਕਟਰ ਟਰਾਲੀਆਂ ਟਰਾਲੀਆਂ ਇੱਥੇ ਤੁਹਾਨੂੰ ਨਜ਼ਰ ਆਉਣਗੀਆਂ। ਇਹ ਮੇਲੇ ਦੇ ਉੱਤੇ ਚੈੱਕ ਕਰ ਸਕਦੇ ਹੋ, ਬਾਬਾ ਜਿਹੜਾ ਟਿੱਬੇ 'ਤੇ ਬਹਿ ਗਿਆ ਸੀ ਕਿਧਰੇ, ਟਿੱਬਾ ਬਹੁਤ ਉੱਚਾ, ਪਰ ਜ਼ੀਰੋ ਲਾਈਨ ਜਿਹੜੀ ਹੈ ਉਹ ਬਿਲਕੁਲ ਕਰੀਬ ਹੈ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜ਼ੀਰੋ ਲਾਈਨ ਦਾ ਵੀ ਨਜ਼ਾਰਾ। ਅਤੇ ਟਰਾਲੀਆਂ ਦੇ ਉੱਤੇ ਲੋਕਾਂ ਨੇ ਜਿਹੜਾ 5-5 7-7 10-10 ਜਿਹੜਾ ਨਾ ਉਹ ਰੱਖੀਆਂ ਹੋਈਆਂ ਨੇ ਦੇਗਾਂ, ਅਤੇ ਦੇਗਾਂ ਇੱਥੇ ਦੜਾ ਦੜ ਜਾਂਦੇ ਨੇ ਬੰਡੀ, ਠੀਕ ਹੈ। ਫਿਲਹਾਲ ਤਾਂ ਅਸੀਂ ਅਜੇ ਮੇਲੇ ਦੇ ਵਿੱਚ ਪਰੇ ਵੜਨਾ, ਇੱਥੇ ਖੜੋ ਕੇ ਮੈਂ ਕਿਹਾ ਥੋੜ੍ਹੀ ਜਿਹੀ ਜਿਹੜੀ ਨਾ ਇਨਫੋਰਮੇਸ਼ਨ ਦੇ ਲਈਏ, ਬਾਕੀ ਇੱਥੇ ਜਾ ਕੇ ਅੱਗੇ ਤੁਹਾਨੂੰ ਦਰਬਾਰ ਦਾ ਨਜ਼ਾਰਾ ਵਿਖਾਉਣਾ ਵੀ ਉੱਥੇ ਆਵਾਮ ਕੀ ਕਰਦੀ ਹੈ। ਇੱਕ ਤਾਂ ਇੱਥੇ ਰੇਤ ਜਿਹੜੀ ਨਾ ਉਹ ਵੀ ਬੜੇ ਅਖੀਰਾਂ ਦੀ ਹੈ,
ਗੋਡੇ ਗੋਡੇ ਬੰਦਾ ਵਿੱਚ ਜਾਂਦਾ ਫਸ ਰੇਤ ਦੇ ਮੇਲੇ ਦੀ ਆਵਾਜ਼ਾਂ ਤੁਸੀਂ ਸੁਣ ਲਓ ਜ਼ਿੰਦਗੀ ਦਾ ਕੋਈ ਪਤਾ ਨਹੀਂ ਅਗਲੇ ਮੇਲੇ ਤੇ ਮੁਲਾਕਾਤ ਹੋਣੀ ਜਾਂ ਨਹੀਂ ਹੋਣੀ ਮੁਹੰਮਦ ਅਬਾਸ ਦੀ ਸਟਾਲ ਤੋਂ ਆ ਕੇ ਇੱਕ ਠੰਡਾ ਕਿਲੋ ਮਾਰ ਲਿਆ ਜੂਸ ਪੀਓ ਮੈਂ ਚਾਰ ਗਲਾਸ ਤੱਕ ਦਿਓ ਜੀ ਸੌ ਗਲਾਸ ਤੱਕ ਦਿਓ ਇੱਥੇ ਤੁਹਾਨੂੰ ਨਜ਼ਾਰਾ ਵਿਖਾ ਲਈਏ ਥੋੜਾ ਜਿਹਾ ਵੀ ਸੁਭਿਰ ਨਾਲ ਕੀ ਹੋ ਰਿਹਾ ਇੱਥੇ ਵੀ ਖੱਟੇ ਭੈਣ ਨੇ ਤਮਾਮ ਐਡੀ ਡਿੱਗਦੀ ਛੱਟੇ ਹੀ ਆਈ ਜਾਂਦੇ ਨੇ ਇੱਥੇ ਤੇ ਮਖਾਣਿਆਂ ਦੇ ਲਓ ਜੀ ਇੱਥੇ ਕੋਈ ਰਕਸ਼ੇ ਜੇ ਲਿਆ ਵਿਚਾਰਾ ਦੇਖ ਦੋਗ ਤੇ ਆਵਾਮ ਤੁਹਾਨੂੰ ਵਿਖਾਉਂਦੇ ਆ ਵੀ ਕਿਵੇਂ ਇੱਥੇ ਕੀ ਇੱਥੇ ਤਾਂ ਇੱਥੇ ਕੀ ਕਿਸੇ ਨੂੰ ਢੀਣਾ ਇਹਨੇ ਚਾਵਲ ਇੱਥੇ ਰੱਖ ਇੱਥੇ ਰੱਖ ਓਏ ਹੋਏ ਹੋਏ ਇੱਥੇ ਤਾਂ ਨਹੀਂ ਢੀਣੇ ਕਿਸੇ ਨੂੰ ਕਰੀ ਸਾਹਿਬ ਆਵਾਮ ਜਿੱਥੇ ਕੋਈ ਆਉਂਦੀ ਹੈ ਟਰਾਲੀ ਜਾਂ ਕੋਈ ਚੀਜ਼ ਆਵਾਮ ਦੇ ਝਾੜੇ ਟੁੱਟੇ ਜਾਂਦੇ ਉਹ ਬੇਲੀ ਵਿੱਚ ਸ਼ਾਪਰ ਕਿੱਥੇ ਭਰੀ ਜਾਂਦਾ ਸਟਾਕ ਪੰਜ ਪੰਜ ਪਲੇਟਾਂ ਪਾਈ ਜਾਂਦੀ ਬਿਲਕੁਲ ਵੇਖ ਲੈ ਇੱਥੇ ਇਵੇਂ ਜਿਹਦਾ ਦਾਲ ਆ ਜਾਂਦਾ ਉਹ ਪੰਜ ਪੰਜ ਵਾਰੀ ਚਾਰ ਚਾਰ ਵਾਰੀ ਲੈ ਲੈਂਦਾ ਸਾਨੂੰ ਇੱਕ ਬੰਦੇ ਨੇ ਆਪੇ ਹੀ ਉਹਨੇ ਕਿਹਾ ਵੀ ਆ ਜਾਓ ਵੀ ਲੈ ਲਓ ਤੇ ਉਹਨੇ ਇੱਕ ਸ਼ਾਪਰ ਜਿਹੜਾ ਥਮਾ ਦਿੱਤਾ ਮਿੱਠਿਆਂ ਚਾਵਲਾਂ ਦਾ ਲੈਣਾ ਹੀ ਹੈ ਅੱਛਾ ਓਏ ਆ ਜਾਓ ਕਿੱਧਰ ਖਿੱਲਰ ਗਿਆ ਜੇ ਯਾਰ ਉਹ ਦੂਜੇ ਦੋ ਕਿੱਥੇ ਦੇ ਉਹ ਖਿਸਕ ਆ ਕਿਧਰ ਖੋਲ ਲਿਆ ਮੈਂ ਕਿਹਾ ਉਹਨੂੰ ਉਹ ਉੱਥੇ ਸੀ ਮੈਨੂੰ ਲੱਗਦਾ ਹਾਂ ਲਓ ਜੀ ਬੰਦਾ ਬੜਾ ਮਾਹੌਲ ਬਣਾਈ ਖੜਾ ਮੇਲੇ ਮੂਲੇ ਵੇਖ ਤੇ ਆ ਗਏ ਘਰੇ ਉਹ ਸਿਆਣੇ ਸਹੀ ਆਉਂਦੇ ਨੇ ਵੀ ਮੇਲੇ ਤੇ ਜਾਂਦਿਆਂ ਨੂੰ ਨਹੀਂ ਮੇਲੇ ਤੇ ਆਉਂਦਿਆਂ ਨੂੰ ਵੇਖੋ ਐਨਕ ਜਿਹੜੀ ਸੀ ਉਹ ਰਹਿ ਗਈ ਸੀ ਦੂਜਿਆਂ ਕੋਲ ਤੇ ਸਾਡੇ ਮੇਰੀਆਂ ਅੱਖਾਂ ਵੇਖ ਲਓ 30-40 ਮੱਛਰ ਪੈ ਗਏ ਜੀ 30-40 ਅਸੀਂ ਬਾਰਡਰ ਤੇ ਗਿਆ ਸੀ ਮੇਲਾ ਵੇਖਣ ਐਨਕ ਦੂਸਰੇ ਬਾਈ ਕੋਲ ਰਹਿ ਗਏ ਬਾਜ਼ਾਰ ਤੇ ਪਹਿਲੇ ਪਹੁੰਚਿਆ ਅੱਖਾਂ ਵੇਖੋ ਜੀ ਪਾਣੀ ਆਪੇ ਡਿੱਗ ਜਾਂਦਾ